ਅਕਾਲੀਆਂ ਦੀ ਗੁੰਡਾਗਰਦੀ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। ਅਕਾਲੀਆਂ ਦੀ ਗੁੰਡਾਗਰਦੀ ਦੀ ਅਜਿਹੀ ਵਾਰਦਾਤ ਅੰਮ੍ਰਿਤਸਰ ਵਿਖੇ ਵੇਖਣ ਨੂੰ ਮਿਲੀ ਹੈ, ਜਿੱਥੇ ਬਿਕਰਮਜੀਤ ਸਿੰਘ ਮਜੀਠੀਆ ਦੇ ਪੀਏ ਗਗਨਦੀਪ ਸਿੰਘ ਨੇ ਇੱਕ ਦੁਕਾਨਦਾਰ ਤੇ ਸ਼ਰੇਆਮ ਪਿਸਤੌਲ ਤਾਣ ਦਿੱਤੀ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਵਿਖੇ ਬਿੱਟੂ ਮੀਟ ਸ਼ਾਪ ਤੇ ਬੀਤੀ ਰਾਤ 11 ਵਜੇ ਤੋਂ ਬਾਅਦ ਕੁਝ ਵਿਅਕਤੀ ਆਏ ਜਿਨ੍ਹਾਂ ਨੇ ਖਾਣੇ ਦਾ ਆਰਡਰ ਦਿੱਤਾ, ਪਰ ਸਮਾਂ ਜ਼ਿਆਦਾ ਹੋਣ ਕਾਰਨ ਦੁਕਾਨਦਾਰ ਨੇ ਉਹਨਾਂ ਦਾ ਆਰਡਰ ਲੈਣ ਤੋਂ ਮਨਾ ਕਰ ਦਿੱਤਾ, ਜਿਸ ਦੇ ਚੱਲਦਿਆਂ ਉਹਨਾਂ ਲੋਕਾਂ ਨੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਉਹਨਾਂ ਵਿੱਚੋਂ ਇੱਕ ਵਿਅਕਤੀ ਗਗਨਦੀਪ ਸਿੰਘ ਪਕਨਾ ਨੇ ਦੁਕਾਨ ਮਾਲਕ ਤੇ ਪਿਸਤੌਲ ਤਾਣ ਦਿੱਤੀ ਅਤੇ ਖੁਦ ਨੂੰ ਮਜੀਠੀਏ ਦਾ ਪੀਏ ਦੱਸ ਦੁਕਾਨਦਾਰ ਨੂੰ ਮਾਰਨ ਦੀ ਧਮਕੀ ਦੇਣ ਲੱਗਾ। ਕੜਦਾਤ ਨੂੰ ਇੱਥੇ ਇੱਕ ਸਰਦਾਰ ਗਗਨਦੀਪ ਭਗਨਾ ਦੇ ਨਾਂ ਦਾ ਬੰਦਾ ਆਇਆ, ਜਿਹੜਾ ਸਾਡੇ ਨਾਲ ਕਾਫੀ ਗੁੰਡਾਗਰਦੀ ਬਦਮਾਸ਼ੀ ਕਰਕੇ ਗਿਆ ਆਪਣੇ ਸਾਥੀਆਂ ਦੇ ਨਾਲ। ਉਹ ਸ਼ਦੇ ਆਮ ਮੇਰੇ ਛਾਤੀ ਤੇ ਪਿਸਤਲ ਲਗਾ ਕੇ ਗਿਆ ਸਾਰੇ ਲੋਕਾਂ ਦੇ ਸਾਹਮਣੇ। ਮੈਨੂੰ ਨਹੀਂ ਪਤਾ, ਕਹਿੰਦਾ ਆਪਣੇ ਆਪ ਨੂੰ ਮੈਂ ਆਪਣਾ ਮਜੀਠੀਏ ਦਾ ਕਹਿੰਦਾ ਮੈਂ ਹੈਗਾ ਵਾਂ ਜੀ, ਪਰਸਨਲ ਸੈਕਟਰੀ ਹੈਗਾ। ਉੱਧਰ ਕਾਂਗਰਸ ਦੇ ਸਾਬਕਾ ਨੇਤਾ ਮਨਦੀਪ ਸਿੰਘ ਮੰਨਾ ਨੇ ਇਸ ਵਾਰਦਾਤ ਦੀ ਨਿੰਦਾ ਕੀਤੀ ਹੈ ਤੇ ਪੁਲਿਸ ਦੀ ਕਾਰਵਾਈ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਇਹਦਾ ਪੀਏ 12-13 ਤੇ ਪੀਏ ਨੇ ਔਰ ਸਾਰੇ ਹੀ ਇੱਕੋ ਜਿਹੇ ਨੇ। ਮੈਂ ਤੇ ਕਹਿਣਾ ਚਾਹੂੰਗਾ, ਇੱਕ ਹੀ ਉੱਲੂ ਕਾਫੀ ਹੈ ਬਰਬਾਦ ਗੁਲਿਸਤਾਂ ਕਰਨੇ ਕੋ, ਹਰ ਸ਼ਾਖ ਪੇ ਉੱਲੂ ਬੈਠਾ ਹੈ ਅੰਜਾਮ ਗੁਲਿਸਤਾਂ ਕਿਹਾ ਹੋਗਾ। ਅੱਗੇ ਅੱਗੇ ਵੇਖ ਤੇਰੇ ਜਿਹੜੇ ਪੀਏ ਬਣਾਏ ਕੀ ਗੁੱਲ ਖਲਾਉਂਦੇ ਨੇ। ਉਹਨੇ ਕਾਲੇ ਦੀ ਦੁਕਾਨ ਤੇ ਰੱਜ ਕੇ ਗੁੰਡਾਗਰਦੀ ਕੀਤੀ ਹੈ, ਉੱਥੇ ਭੰਨ ਤੋੜ ਕੀਤੀ ਹੈ। ਉਸ ਤੋਂ ਬਾਅਦ ਇਹਨੇ ਪੁਲਿਸ ਨੂੰ ਫੋਨ ਕੀਤਾ, ਉੱਥੋਂ 2 ਬੰਦੇ ਫੜ ਕੇ ਖੜੇ ਨੇ ਔਰ ਉਸ ਤੋਂ ਬਾਅਦ ਛੱਡ ਦਿੱਤੇ ਗਏ। ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਫਿਲਹਾਲ ਸੀਸੀਟੀਵੀ ਵਿੱਚ ਕੈਦ ਹੋਈ ਸਾਰੀ ਘਟਨਾ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਪਰ ਅੰਮ੍ਰਿਤਸਰ ਵਿੱਚ ਦਿਨੋ ਦਿਨ ਅਪਰਾਧ ਵਧਦਾ ਜਾ ਰਿਹਾ ਹੈ ਤੇ ਪੰਜਾਬ ਪੁਲਿਸ ਇਹਨਾਂ ਵਾਰਦਾਤਾਂ ਤੇ ਕਦੋਂ ਕਾਬੂ ਪਾਏਗੀ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।